जलंधर जिमनी चोणों के वख-वख पार्टियां दे चोण प्रचार करके अपने अपने उम्मीदवारां दा हौसला वधा रही हैं। इस दौरान बीजेपी की MP सुनीता दुग्गल चोण प्रचार करन लई अते अपनी पार्टी के उम्मीदवार की हौसला अफजाई करन लई जलंधर पहुंची। इस दौरान उन्होंने साडे रिपोर्टर दीपक शर्मा नाल गलबात की अते जलंधर जिमनी चोणों बारे अपनी प्रतिक्रिया भी सांझी की। MH1 एक्सप्रेस का सफर शुरू हो चुका है जी। साडे नाल मैम सुनीता दुग्गल है। मैम बहुत बहुत स्वागत है जी आपका। धन्यवाद धन्यवाद मैम। जलंधर उपचुनाव की बात की जाए तो आप प्रचार के लिए यहाँ आए हैं, पहली बात तो किस तरह का रिस्पांस जो है आपको लोगों में देखने को मिला है? जी बहुत चंगा रिस्पांस है। मैं लगता है जो धरातल से जो लोग ने वो मोदी जी बहुत पसंद करते हैं, ते साडा कैंडीडेट भी बहुत वधिया, साडा संगठन भी बहुत वधिया। मैनू पूरी उम्मीद है कि ऐद के इथों कमल दा फूल जरा है वह जरूर खिलेगा। लोक सभा की गल की जाए क्योंकि जलंधर लोक सभा की उपचुनाव है और कितने ना कितने केंद्र नाल जुड़े मुद्दे होंदे ने। अगर लोक सभा की गल की जाए जलंधर बड़ी वड्डी स्पोर्ट्स इंडस्ट्री है, जलंधर दे लोकल बहुत सारे मुद्दे ने जिहड़े हल होने वाले ने। बीजेपी का कैंडीडेट अगर जित हासिल करता है तो किस आधार से मुद्दे जिहड़े सुझाए जाएंगे? देखो जी जिहड़ी केंद्र दी जिन्नी भी योजनावां ने मानयोग प्रधानमंत्री जी ने, चाहे उज्ज्वला योजना दी आपां गल करिए, चाहे आपां आवास योजना दी गल करिए। कल मैं उत्थे गई सी तां मैं उत्थे वेख्या कि किवें लोकां दे उहनां दे कोल प्रधानमंत्री आवास योजना दे तहत जिहड़े मकान बने हुए ने बहुत खुश सी लोकी। ते जमीन ते जिहड़ा है ना ओ केंद्र सरकार दी योजनावां जिहड़ियां ने उहनां दे काम होए ने, पर फिर भी तुसी हैरान होगे कि लोकां नूं बहुत ज्यादा इस गल दे बारे च जागरूक नहीं किया जा रहा भी केंद्र दी कीड़ी कीड़ी योजनावां दा उहनां नूं लाभ मिल सकदा है। तां मैनूं लगदा है इह भी बहुत बड़ा मुद्दा होएगा। जलंधर दी गल कीती जावे लगातार 1999 तों बाद कांग्रेस किते ना किते जित हासिल करदी आई है सीट ते, हुण वी संतोख चौधरी महरूम संतोख चौधरी जिहड़े उह इत्थों सांसद दी उहनां दी जिहड़ी वाइफ है उहनां नूं कैंडीडेट बनाया गया। ਤੁਸੀਂ ਬੀਜੇਪੀ ਵਾਸਤੇ ਕਿੱਡਾ ਵੱਡਾ ਚੈਲੰਜ ਸਮਝਦੇ ਹੋ ਇੱਥੋਂ ਜਿੱਤ ਹਾਸਲ ਕਰਨਾ? ਦੇਖੋ ਜੀ ਮੇਰੀ ਵੀ ਸ਼ਰਧਾਂਜਲੀ ਹੈ ਉਹਨਾਂ ਨੂੰ। ਉਹ ਵੱਖਰੀ ਗੱਲ ਹੈ ਬਈ ਠੀਕ ਹੈ ਕਿ ਆਪਾਂ ਇਹ ਕਹੀਏ ਕਿ ਬਈ ਉਹਨਾਂ ਦੀ ਮਿਸਿਸ ਹੈ ਤਾਂ ਆਪਾਂ ਸਾਡੀ ਸੰਵੇਦਨਾ ਜਿਹੜੀ ਹੈ ਨਾ ਉਹ ਉਹਨਾਂ ਦੇ ਨਾਲ ਨੇ, ਪਰ ਜੇ ਆਪਾਂ ਵਿਕਾਸ ਦੀ ਗੱਲ ਕਰਨੀ ਹੈ ਤਾਂ ਮੈਨੂੰ ਲੱਗਦਾ ਹੈ ਕਿ ਸਾਡਾ ਕੈਂਡੀਡੇਟ ਵੀ ਬਹੁਤ ਵਧੀਆ ਹੈ। ਪਹਿਲਾਂ ਅਕਾਲੀ ਦਲ ਚ ਸੀ, 18,000 ਵੋਟਾਂ ਤੋਂ ਸਿਰਫ ਰਹਿ ਗਿਆ ਸੀ ਤੇ ਹੁਣ ਉਹ ਭਾਰਤੀ ਜਨਤਾ ਪਾਰਟੀ ਚ ਆ ਗਿਆ ਹੈ। ਕੈਂਡੀਡੇਟ ਵੀ ਸਾਡਾ ਬਿਲਕੁਲ ਸਾਫ ਸੁਥਰੀ ਛਵੀ ਵਾਲਾ ਹੈ ਤੇ ਜਿਹੜੀ ਸਰਕਾਰ ਦੀ ਸਾਡੀ ਕੇਂਦਰ ਸਰਕਾਰ ਦੀ ਯੋਜਨਾਵਾਂ ਨੇ ਮੋਦੀ ਜੀ ਦੀ ਜਿਹੜੀ ਛਵੀ ਹੈ, ਜਿੱਥੇ ਵੀ ਤੁਸੀਂ ਜਾਈਏ ਕਹਿੰਦੇ ਕਿ ਜੀ ਅਸੀਂ ਮੋਦੀ ਜੀ ਨਾਲ ਜੁੜਨਾ ਚਾਹੁੰਦੇ ਹਾਂ, ਅਸੀਂ ਮੋਦੀ ਜੀ ਨਾਲ ਜੁੜਨਾ ਚਾਹੁੰਦੇ ਹਾਂ। ਤਾਂ ਮੈਨੂੰ ਪੂਰੀ ਉਮੀਦ ਹੈ ਇਹ ਸਾਰੀ ਗੱਲਾਂ ਨੂੰ ਦੇਖ ਕੇ ਮੈਨੂੰ ਲੱਗਦਾ ਹੈ ਕਿ ਇੱਥੇ ਐਦਕੀ ਕਮਲ ਦਾ ਫੂਲ ਜ਼ਰੂਰ ਖਿਲੇਗਾ। ਕੈਂਡੀਡੇਟਸ ਕੋਈ ਸ਼ੱਕ ਨਹੀਂ ਸਾਫ ਛਵੀ ਵਾਲਾ ਹੈ, ਲੇਕਿਨ ਆਰੋਪ ਇਹ ਲਗਾਏ ਜਾ ਰਹੇ ਨੇ ਕਿ ਬੀਜੇਪੀ ਨੂੰ ਆਪਣਾ ਕੈਂਡੀਡੇਟ ਨਹੀਂ ਮਿਲਿਆ ਔਰ ਅਕਾਲੀ ਦਲ ਤੋਂ ਕੈਂਡੀਡੇਟ ਲੈ ਕੇ ਆਉਂਦਾ ਹੈ। ਨਹੀਂ ਜਦੋਂ ਸਾਡੀ ਉਹਨਾਂ ਦੇ ਨਾਲ ਅਲਾਇੰਸ ਸੀ ਤਾਂ ਉਸ ਟਾਈਮ ਸਾਡੇ ਕੈਂਡੀਡੇਟ ਕੰਬਾਈਂਡ ਕੈਂਡੀਡੇਟ ਉਹੀ ਸੀ, ਉਹੀ ਸਾਡੇ ਕੋਲ ਆ ਗਏ ਤਾਂ ਉਹ ਤਾਂ ਫਿਰ ਸਾਡੇ ਹੀ ਹੋ ਗਏ। ਤਾਂ ਇਹੋ ਜਿਹੀ ਕੋਈ ਗੱਲ ਨਹੀਂ ਹੈ, ਸਾਡੇ ਆਪਣੇ ਕੈਂਡੀਡੇਟ ਨੇ ਤਾਂ ਬਹੁਤ ਵਧੀਆ ਕੈਂਡੀਡੇਟ ਨੇ। ਉਸ ਟਾਈਮ ਸਾਡਾ ਅਲਾਇੰਸ ਸੀ, ਉਸ ਟਾਈਮ ਬੀਜੇਪੀ ਦਾ ਤਾਂ ਕੋਈ ਕੈਂਡੀਡੇਟ ਨਹੀਂ ਸੀ, ਉਹੀ ਜਿਹੜਾ ਕੈਂਡੀਡੇਟ ਸੀ ਉਹਨੂੰ ਹੀ ਆਪਾਂ ਸਪੋਰਟ ਕਰ ਰਹੇ ਸੀ, ਬੀਜੇਪੀ ਪਾਰਟੀ ਉਹਨੂੰ ਹੀ ਸਪੋਰਟ ਕਰ ਰਹੀ ਸੀ, ਉਹੀ ਹੁਣ ਸਾਡੇ ਕੋਲ ਆ ਗਏ ਤਾਂ ਮੈਨੂੰ ਲੱਗਦਾ ਕਿ ਬਹੁਤ ਵਧੀਆ ਕੈਂਡੀਡੇਟ ਨੇ ਸਾਰੇ। ਲੇਕਿਨ ਬੀਜੇਪੀ ਦੀ ਗੱਲ ਤੁਸੀਂ ਕੀਤੀ ਵੀ ਜਿੱਤ ਦੇ ਦਾਅਵੇ ਬਾਰ ਬਾਰ ਕਰਦੇ ਹੋ, ਇਸ ਤੋਂ ਪਹਿਲਾਂ ਅਗਰ ਗੱਲ, ਹਾਲਾਂਕਿ ਤਮਾਮ ਨੇਤਾ ਦੂਸਰੀਆਂ ਪਾਰਟੀਆਂ ਚੋਂ ਜਿਹੜੇ ਆ ਬੀਜੇਪੀ ਚ ਆ ਰਹੇ ਨੇ, ਲੇਕਿਨ ਕਿਸਾਨ ਅੰਦੋਲਨ ਦੌਰਾਨ ਤੁਸੀਂ ਦੇਖਿਆ ਹਰਿਆਣਾ ਔਰ ਪੰਜਾਬ ਦੇ ਕਿਸਾਨ ਸੀ ਜ਼ਿਆਦਾਤਰ ਔਰ ਕਿਤੇ ਨਾ ਕਿਤੇ ਬੀਜੇਪੀ ਦੇ ਐਂਟੀ ਉਦੋਂ ਛਵੀ ਬਣੀ, ਕੋਈ ਸ਼ੱਕ ਨਹੀਂ ਬਣੀ ਉਦੋਂ ਉਹ ਛਵੀ ਨੂੰ ਮਨਾ ਨਹੀਂ ਕਰ ਰਹੇ ਇਸ ਗੱਲ ਤੋਂ ਕਿ ਉਹ ਉਸ ਟਾਈਮ ਜਿਹੜਾ ਹੈ ਕਿਸਾਨਾਂ ਦੇ ਮਨ ਵਿੱਚ ਭਾਵ ਆ ਗਿਆ ਸੀ ਕਿ ਬੀਜੇਪੀ ਜਿਹੜੀ ਹੈ ਉਹ ਕਿਸਾਨਾਂ ਦੇ ਨਾਲ ਨਹੀਂ ਹੈ, ਪਰ ਹੌਲੇ ਹੌਲੇ ਤੁਸੀਂ ਵੇਖੋ ਜਦੋਂ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਜੋ ਕਿ ਬੜੇ ਆਪਣੇ ਜਿਹੜੇ ਡਿਸੀਜਨਸ ਹੈ ਉਹਨਾਂ ਦੇ ਵਾਸਤੇ ਬੜੇ ਫੇਮਸ ਨੇ ਕਿ ਵੀ ਆਪਣੇ ਡਿਸੀਜਨ ਜਿਹੜੇ ਲੈਂਦੇ ਨੇ ਸਟਰੋਂਗ ਡਿਸੀਜਨਸ ਲੈਂਦੇ ਨੇ, ਪਰ ਉਹਨਾਂ ਨੇ ਜਦੋਂ ਵੇਖਿਆ ਕਿ ਕਿਸਾਨਾਂ ਨੂੰ ਇਹ ਪਸੰਦ ਨਹੀਂ ਆ ਰਹੇ ਨੇ ਉਹਨਾਂ ਨੇ ਵਾਪਸ ਲਿੱਤੇ। ਤੇ ਹੋਰ ਵੀ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਇੰਨੇ ਕੰਮ ਜਿਹੜੇ ਨੇ ਸਿੱਖਾਂ ਵਾਸਤੇ ਕਿਸਾਨਾਂ ਵਾਸਤੇ ਕੀਤੇ ਨੇ, ਮੈਂ ਕਹਿੰਦੀ ਹਾਂ ਕਿ ਜਿੰਨੇ ਮੁਆਵਜ਼ੇ ਦੀ ਤੁਸੀਂ ਗੱਲ ਕਰੋ, ਜਿੰਨਾ ਤੁਸੀਂ ਬੀਮਾ ਜਿਹੜੀ ਯੋਜਨਾ ਫਸਲ ਬੀਮਾ ਯੋਜਨਾ ਉਹਦੇ ਪੈਸੇ ਦੀ ਗੱਲ ਕਰੋ, ਜਿੰਨਾ ਸਾਡੀ ਸਰਕਾਰ ਵਿੱਚ ਬੀਜੇਪੀ ਦੀ ਸਰਕਾਰ ਵਿੱਚ ਕਿਸਾਨ ਭਰਾਵਾਂ ਨੂੰ ਮਿਲਿਆ, ਚਾਹੇ ਤੁਸੀਂ ਕਿਸਾਨ ਸਨਮਾਨ ਨਿਧੀ ਯੋਜਨਾ ਦੀ ਗੱਲ ਕਰੋ, ਮੈਨੂੰ ਲੱਗਦਾ ਅੱਜ ਤੱਕ ਪਹਿਲਾਂ ਕਿਸੇ ਸਰਕਾਰ ਨੇ ਇਹੋ ਜਿਹੀ ਗੱਲ ਨਹੀਂ ਸੋਚੀ।
ਹੋਰ ਤੁਸੀਂ ਵੇਖੋ ਕਿ ਜਿਹੜਾ ਆਪਣਾ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਵੀਰ ਬਾਲ ਦਿਵਸ ਉਹਨਾਂ ਆਪਣੇ ਸਾਹਿਬਜ਼ਾਦਿਆਂ ਵਾਸਤੇ ਕਦੇ ਕਿਸੇ ਨੇ ਸੋਚਿਆ ਇਹਨਾਂ ਦੇ ਮਨ ਚ ਸੰਵੇਦਨਸ਼ੀਲਤਾ ਇੰਨੀ ਹੈ ਪ੍ਰਧਾਨ ਮੰਤਰੀ ਜੀ ਦੇ ਕਿ ਉਹ ਬਰੀਕ ਬਰੀਕ ਗੱਲ ਜਿਹੜੀ ਹੈ ਉਹ ਸੋਚਦੇ ਗੁਰੂ ਤੇਗ ਬਹਾਦਰ ਜੀ ਦਾ ਉਹਨਾਂ ਨੇ ਜਿਹੜਾ ਜਨਮ ਦਿਵਸ ਜਿਹੜਾ ਹੈ ਜਿਹੜਾ ਜਯੰਤੀ ਜਿਹੜੀ ਉਹਨਾਂ ਦੀ ਹੈ ਜਨਮੋਤਸਵ ਦਾ ਪ੍ਰਗਟ ਉਤਸਵ ਆਪਾਂ ਕਵਾਂਗੇ ਕਿ ਇਹ ਬੜੇ ਵੱਡੇ ਜਿਹੜੇ ਸਾਡੇ ਗੁਰੂ ਮਹਾਰਾਜ ਹੋਏ ਨੇ ਉਹ ਤਾਂ ਪ੍ਰਗਟ ਹੋਈ ਸੀ ਅਵਤਾਰੀ ਪੁਰਸ਼ ਦੀ ਤੇ ਉਹਨਾਂ ਦੀ ਉਹਨਾਂ ਨੇ ਉੱਥੇ ਲਾਲ ਕਿਲੇ ਤੇ ਜਾ ਕੇ ਮਨਾਈ ਜਿਸ ਦਿੱਲੀ ਨੇ ਉਹਨਾਂ ਨੂੰ ਉਹਨਾਂ ਦਾ ਬਲੀਦਾਨ ਲਿੱਤਾ ਉਸੇ ਦਿੱਲੀ ਚ ਜਾ ਕੇ ਲਾਲ ਕਿਲੇ ਚ ਉਹਨਾਂ ਨੇ ਉਹਨਾਂ ਦੀ ਜਯੰਤੀ ਮਨਾਈ ਉਹਨਾਂ ਦੀ ਪ੍ਰਗਟ ਉਤਸਵ ਮਨਾਇਆ ਮੈਨੂੰ ਲੱਗਦਾ ਹੈ ਕਿ ਬਹੁਤ ਜ਼ਿਆਦਾ ਸੰਵੇਦਨਸ਼ੀਲ ਨੇ ਮਾਨਯੋਗ ਪ੍ਰਧਾਨ ਮੰਤਰੀ ਜੀ ਸਿੱਖਾਂ ਨੂੰ ਲੈ ਕੇ ਪੰਜਾਬ ਨੂੰ ਲੈ ਕੇ ਕਿਸਾਨਾਂ ਨੂੰ ਲੈ ਕੇ ਤੁਸੀਂ ਜਲੰਧਰ ਜਿਮਨੀ ਚੌਂ ਦੀ ਗੱਲ ਕਰੀਏ ਕਿੰਨਾ ਆਸ਼ਵਾਸਤ ਤੁਸੀਂ ਬਿਲਕੁਲ ਪੂਰੇ ਆਸ਼ਵਾਸਤ ਤੁਹਾਨੂੰ ਲੱਗਦਾ ਨਹੀਂ ਬਿਲਕੁਲ ਪੂਰੇ ਆਸ਼ਵਾਸਤ ਤੁਸੀਂ ਵੇਖਣਾ ਕਿ ਬਹੁਤ ਜ਼ਬਰਦਸਤ ਮਾਰਜਨ ਨਾਲ ਅਸੀਂ ਇੱਥੇ ਇਹ ਲੋਕ ਸਭਾ ਦੀ ਸੀਟ ਜਿਹੜੀ ਕੱਢਾਂਗੇ ਬਹੁਤ ਬਹੁਤ ਧੰਨਵਾਦ ਸੋ ਜਲੰਧਰ ਜਿਮਨੀ ਚੋਣ ਵਾਸਤੇ ਪੂਰੀ ਤਰ੍ਹਾਂ ਆਸ਼ਵਾਸਤ ਨੇ ਸੁਨੀਤਾ ਦੁੱਗਲ ਕਿਉਂਕਿ ਪ੍ਰਚਾਰ ਵਾਸਤੇ ਪਹੁੰਚੇ ਨੇ ਸਿਰਸਾ ਤੋਂ ਸਾਂਸਦ ਨੇ ਔਰ ਲਗਾਤਾਰ ਲੋਕਾਂ ਚ ਵਿਚਰ ਰਹੇ ਨੇ ਲੋਕਾਂ ਨੂੰ ਜਿਹੜੀਆਂ ਕੇਂਦਰ ਸਰਕਾਰ ਦੀਆਂ ਨੀਤੀਆਂ ਨੇ ਉਹ ਗਿਣਵਾ ਰਹੇ ਨੇ ਔਰ ਪੂਰੀ ਤਰ੍ਹਾਂ ਆਸ਼ਵਾਸਤ ਨਜ਼ਰ ਆ ਰਹੇ ਨੇ ਔਰ ਇਹ ਵੀ ਕਹਿਣਾ ਉਹਨਾਂ ਦਾ ਕਿ 2024 ਚ ਜਿਹੜੀ ਆ ਉਹ ਵੀ ਜਿੱਤ ਹਾਸਿਲ ਜਿਹੜੀ ਆ ਉਹ ਕੀਤੀ ਜਾਏਗੀ ਬੀਜੇਪੀ ਵੱਲੋਂ ਕੈਮਰਾਮੈਨ ਦਾਦੂ ਨਾਲ ਦੀਪਕ ਸ਼ਰਮਾ MHN ਨਿਊਜ਼ ਜਲੰਧਰ